ऐसी मैं एफएम साहब का धन्यवादी हाँ, कैबिनेट का धन्यवादी हाँ कि अज 150 करोड़ रुपया ऐसी रिलीज़ कर रहे हैं, जिन्हें फोकल पॉइंट थोड़ी इंफ्रास्ट्रक्चर है इन्हों का वह सारा ठीक कर देंगे। सो पंजाबी म्यूजिक नूं तगड़ा करन वास्ते असी इंडस्ट्री नूं तगड़ा करन वास्ते फिल्म दी नूं असी चंडीगढ़ दे नाल एक वड्डा फिल्म सिटी लेके आ रहे हैं, जिहदी तैयारी असी शुरू करती है, बड़ी छेती असी करांगे कि कोई केस है कोई पेशी है फेसलैस, तुहानूं दफ्तर विच जाण दी लोड़ नहीं है, तुसीं अप्लाई कर दो, फैसला होके तुहानूं आ जाएगा। जे लोड़ है इंस्पैक्टर जे ये भी नहीं पता होएगा कि किहदे नाल गल कर रहे हैं तो किहड़ा इंस्पैक्टर है, ताकि इंस्पैक्टर की कोई तंगी तंग ना करे, किसी तरह की करप्शन ना रहे, करप्शन रहित होवे, उहदे वास्ते टैलीफोन ते ही गल होएगी। ये भी नहीं इंस्पैक्टर नूं पता होएगा कि मैं किहदे नाल गल कर रहा, एक दूजे जिलियां च कम जाएगा। फेसलैस सिस्टम असीं तुहानूं दे रहे हैं। मैनूं बड़ी खुशी है अज तुहाडे विचकार आके इंडस्ट्रियलिस्ट पंजाब दा भविख है, थोड़े फ्यूचर दे विच असी पंजाब दा फ्यूचर देख रहे। तुसी कामयाब हो गए तो पंजाब ने तरक्की करनी है, खेती प्रधान सूबा है आपां, और खेती दे विच पंजाब ने बहुत मल्ला मारी है, देश नूं दा अन्नदाता जिहड़ा है वह साडा किसान ते पंजाब बनिया। अज खेती इस स्थिति ते पहुँच चुकी है कि इस दे विच इस तो ज़्यादा करना और संभव नहीं रहा, जिनी फसल ज़्यादा तो ज़्यादा उगा सकते सी उगा रहे। हुण इंडस्ट्री नूं होर प्रफुल्लित करन दी लोड़ है, इंडस्ट्री तगड़ी होएगी तां हुण पंजाब ने तगड़ा अगे होर वधना है। इसलिए सरकार दा टोटल ध्यान जिहड़ा वो अज तुहानूं फैसिलिटेट करन वास्ते है। पंजाब सरकार ने तुहानूं अगे वधण विच तुहाडी मदद करनी है, नवें इन्वेस्टर लेके आने हैं, लेकिन जिहड़े साढ़े तुसीं पुराने इन्वेस्टर हो, पुराना इंडस्ट्रियलिस्ट है, ज़्यादा जरूरी है कि पहला उन्हों भी तगड़ा कर लिया जाए। ये ना हो कहते भी ढिड्डाला भी गया तो कुछड़ाला भी गया, पहला थानू सामभ के थानू तगड़ा करिए, साढ़े प्रति सरकार के प्रति एक अच्छा विश्वास पैदा हो, ਤਾਂ ਸਾਡੇ ਬਾਹਰ ਤੋਂ ਜਿਹੜੇ ਨਵਾਂ ਇਨਵੈਸਟਰ ਆਪਣੇ ਆਪ ਆ ਜਾਏਗਾ, ਉਹਨੂੰ ਵਿਸ਼ਵਾਸ ਪੈਦਾ ਹੋਏਗਾ, ਤੁਹਾਡੀ ਇੱਕ ਤੁਹਾਡੇ 'ਚੋਂ ਇੱਕ ਇਮੇਜ ਨਿਕਲੇਗਾ ਪੰਜਾਬ ਦਾ ਅਤੇ ਪੰਜਾਬ ਦੀ ਸਰਕਾਰ ਦਾ, ਤਾਂ ਜਾ ਕੇ ਨਵਾਂ ਇਨਵੈਸਟਰ ਸਾਡੇ 'ਤੇ ਵਿਸ਼ਵਾਸ ਵਧੇਗਾ। ਸੋ ਆਪਾਂ ਤੁਸੀਂ ਪੰਜਾਬੀ ਹੋ, ਤੁਸੀਂ ਪੰਜਾਬ ਦੇ ਲਈ ਕੰਮ ਕੀਤਾ ਹੈ, ਤੁਸੀਂ ਪੰਜਾਬ ਨੂੰ ਤਰੱਕੀ ਦੀਆਂ ਛੋਹਾਂ ਵੱਲ ਲੈ ਕੇ ਜਾ ਰਹੇ ਹੋ, ਤੁਹਾਡਾ ਅਤੇ ਸਰਕਾਰ ਦਾ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਆਪਸ ਦੇ ਵਿੱਚ। ਉਹਦੇ ਲਈ ਜਿਹੜੇ ਲੋਕ ਸਰਕਾਰ ਚਲਾ ਰਹੇ ਉਹਨਾਂ ਦੀ ਵਿਲ ਪਾਵਰ ਹੋਣੀ ਬਹੁਤ ਜ਼ਰੂਰੀ ਹੈ। ਸੋ ਮੈਂ ਤੁਹਾਨੂੰ ਆਪਣੀ ਸਰਕਾਰ ਦੀ ਸੋਚ ਬਿਲਕੁਲ ਕਲੀਅਰ ਕਰ ਰਿਹਾ ਕਿ ਸਾਡੀ ਸੋਚ ਸਿਰਫ ਤੇ ਸਿਰਫ ਤੁਹਾਨੂੰ ਤਗੜਾ ਕਰਨ ਅਤੇ ਫੈਸਿਲੀਟੇਟ ਕਰਨ ਦੀ ਹੈ। ਕੋਈ ਇੰਸਪੈਕਟਰੀ ਰਾਜ, ਕੋਈ ਟੈਕਸੇਸ਼ਨ ਦੀ ਤੰਗੀ, ਕੋਈ CLU ਦੇ ਪ੍ਰੋਬਲਮ, ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਦਿੱਕਤ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਣ ਦੇਣਾ ਚਾਹੁੰਦੇ ਅਤੇ ਨਾ ਹੀ ਆਏਗੀ। ਇਸ ਗੱਲ ਦਾ ਮੈਂ ਵਿਸ਼ਵਾਸ ਦੇਣ ਵਾਸਤੇ ਤੁਹਾਨੂੰ ਇੱਥੇ ਆਇਆ। ਜੋ ਪਿਛਲੇ ਕਈ ਦਿਨਾਂ ਤੋਂ ਅਸੀਂ ਕਈ ਵਾਰ ਤੁਹਾਡੀਆਂ ਡਿਮਾਂਡਾਂ ਸੁਣੀਏ, ਜੋ ਜੋ ਤੁਹਾਡੀਆਂ ਡਿਮਾਂਡ ਹੈ ਅਸੀਂ ਉਸ ਤੋਂ ਵੱਧ ਦੇਣ ਨੂੰ ਤਿਆਰ ਹੈ। ਸਾਡੀ ਇੰਡਸਟਰੀ ਤਕੜੀ ਹੋ ਜਾਏਗੀ,
ਪੰਜਾਬ ਨੇ ਤਰੱਕੀ ਕਰਨੀ ਹੈ ਜਿਹੜਾ ਸਾਡਾ ਬਾਹਰ ਨੂੰ ਨੌਜਵਾਨ ਝਾਕ ਰਿਹਾ ਕਿ ਬਾਹਰ ਜਾ ਕੇ ਕਰੀਏ ਕਿਉਂ ਬਾਹਰ ਜਾ ਰਿਹਾ ਕਿਉਂਕਿ ਇੱਥੇ ਉਹਨੂੰ ਇੱਕ ਅੱਛਾ ਮਾਹੌਲ ਅੱਛੀ ਜ਼ਿੰਦਗੀ ਦਾ ਸੁਪਨਾ ਜਿਹੜਾ ਹੈ ਉਹਦਾ ਉਹਦੇ 'ਚ ਉਹਨੂੰ ਘਾਟ ਨਜ਼ਰ ਆ ਰਹੀ ਜੇ ਉਹਨੂੰ ਇਹੀ ਲੱਗਣ ਲੱਗ ਜਾਏ ਕਿ ਇੱਥੇ ਹੀ ਮੈਂ ਬਿਜ਼ਨਸ ਆਪਣਾ ਸੈੱਟ ਕਰਕੇ ਤਕੜਾ ਹੋਵਾਂਗਾ ਤਾਂ ਉਹ ਬਾਹਰ ਜਾਣ ਦੀ ਸੋਚ ਨਹੀਂ ਰੱਖਦਾ ਇਸ ਲਈ ਅਸੀਂ ਹਰ ਹਾਲਤ ਦੇ ਵਿੱਚ ਤੁਹਾਨੂੰ ਤਕੜਾ ਕਰਨਾ ਚਾਹੁੰਦੇ ਹਾਂ ਉਹਦੇ ਵਾਸਤੇ ਤੁਹਾਡੇ ਸਹਿਯੋਗ ਦੀ ਵੀ ਲੋੜ ਹੈ ਬਹੁਤ ਅੱਛੇ ਸੁਝਾਅ ਤੁਸੀਂ ਸਾਰਿਆਂ ਨੇ ਦਿੱਤੇ ਹੈ ਮਿੱਤਲ ਸਾਹਿਬ ਹੋਰੀ ਸਾਰੇ ਤੁਸੀਂ ਬਹੁਤ ਅੱਛਾ ਬੋਲ ਕੇ ਗਏ ਹੋ ਬਹੁਤ ਅੱਛੇ ਅੱਛੇ ਸੁਝਾਅ ਦਿੱਤੇ ਬੜੀ ਅੱਛੀ ਸੋਚ ਦਿੱਤੀ ਹੈ ਸਾਡੇ ਅਫਸਰ ਮੈਂ ਤੁਹਾਨੂੰ ਦਿਨ ਰਾਤ ਅਵੇਲੇਬਲ ਹੈ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ ਕਦੇ ਵੀ ਮਿਲਣ ਆ ਸਕਦੇ ਹੋ ਮੇਰੇ ਅਫਸਰਾਂ ਤੋਂ ਟਾਈਮ ਲੈ ਲਓ ਜਾਂ ਸਿੱਧੇ ਆ ਜਾਓ ਮੈਂ 24x7 ਘੰਟੇ ਤੁਹਾਡੇ ਪਾਸ ਅਵੇਲੇਬਲ ਹੈ ਤੁਸੀਂ ਜਦ ਮਰਜ਼ੀ ਮੈਨੂੰ ਮਿਲੋ ਵੈਸੇ ਵੀ ਕਈ ਲੋਕ ਲੱਭਦੇ ਰਹਿੰਦੇ ਵੀ ਇਹ ਸੌਂਦਾ ਕਾਹਦਾ ਮੈਂ ਹਰ ਟਾਈਮ ਅਵੇਲੇਬਲ ਹੈ ਤੁਸੀਂ ਜਦ ਆਓਗੇ ਮੈਂ ਤੁਹਾਡੇ ਲਈ ਤਿਆਰ ਹੈ ਪੰਜਾਬ ਤਰੱਕੀ ਕਰਨਾ ਚਾਹੀਦਾ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਆਪਣੀ ਸਾਰਿਆਂ ਦੀ ਤਰੱਕੀ ਹੈ ਇਸ ਲਈ ਅੱਜ ਤੁਸੀਂ ਇਕੱਠੇ ਹੋਏ ਹੋ ਪੰਜਾਬ ਬਾਰੇ ਅੱਛੀ ਸੋਚ ਬਣਾ ਰਹੇ ਹੋ ਸੋਚ ਬਣੀ ਹੈ ਬਹੁਤ ਇਨਵੈਸਟਰ ਪੰਜਾਬ ਵੱਲੋਂ ਰੁੱਖ ਕਰ ਗਏ ਕੱਲ੍ਹ ਵੀ ਵੱਡੇ ਇੰਡਸਟਰੀਅਲਿਸਟ ਆਏ ਸੀ ਇਨਵੈਸਟ ਪੰਜਾਬ ਦੇ ਵਿੱਚ ਬਹੁਤ ਸਾਰਿਆਂ ਨੇ ਬਹੁਤ ਵੱਡੇ ਸਾਨੂੰ ਵਾਅਦੇ ਦਿੱਤੇ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇਨਵੈਸਟ ਕਰਾਂਗੇ ਇਹ 5 ਸਾਲਾਂ ਦੇ ਵਿੱਚ 1,00,000 ਕਰੋੜ ਰੁਪਏ ਦੀ ਇਨਵੈਸਟਮੈਂਟ ਆਪਣੇ ਪੰਜਾਬ ਦੇ ਵਿੱਚ ਆ ਰਹੀ ਸੋ ਮੈਂ ਕੁਝ ਤੁਹਾਡੀਆਂ ਮੰਗਾਂ ਬਾਰੇ ਗੱਲ ਕਰਨਾ ਚਾਹੁੰਦਾ ਅੱਜ ਅਸੀਂ ਇੱਕ ਤੁਹਾਨੂੰ ਵਿਸ਼ਵਾਸ ਔਰ ਆਪਣੀ ਸਿੰਸੀਅਰਟੀ ਦਿਖਾਉਣ ਵਾਸਤੇ ਅਮਲੀ ਜਾਮਾ ਗੱਲ ਨੂੰ ਦੇਣ ਵਾਸਤੇ ਪੂਰੀ ਕੈਬਨਿਟ ਨੂੰ ਤੁਹਾਡੇ ਵਿਚਕਾਰ ਲੁਧਿਆਣੇ ਲੈ ਕੇ ਆਏ ਤਾਂ ਕਿ ਪੰਜਾਬ ਦਾ ਵਪਾਰੀ ਪੰਜਾਬ ਦਾ ਦੁਕਾਨਦਾਰ ਇਹ ਸਮਝੇ ਪੰਜਾਬ ਦਾ ਇੰਡਸਟਰੀਅਲਿਸਟ ਇਹ ਸਮਝੇ ਕਿ ਸਰਕਾਰ ਤੁਹਾਡੀ ਡਿਸਪੋਜ਼ਲ 'ਤੇ ਹੈ ਤੁਹਾਨੂੰ ਚੰਗਾ ਬਣਾਉਣ ਲਈ ਤੁਹਾਡੇ ਚੰਗੇ ਸੁਪਨੇ ਦੇਣ ਲਈ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਦਰ 'ਤੇ ਖੜ੍ਹੀ ਇਸ ਲਈ ਅੱਜ ਅਸੀਂ ਕੈਬਨਿਟ ਦੀ ਮੀਟਿੰਗ ਵੀ ਲੁਧਿਆਣੇ ਦੇ ਵਿੱਚ ਕੀਤੀ ਔਰ ਅਸੀਂ ਬੜੇ ਮਹੱਤਵਪੂਰਨ ਫੈਸਲੇ ਲਏ ਉਹਦੇ ਵਿੱਚ ਤੁਹਾਡੀ ਡਿਮਾਂਡ ਹੈ ਇੱਕ ਤਾਂ ਵਪਾਰੀਆਂ ਦੀ ਖਾਸ ਤੌਰ 'ਤੇ ਦੁਕਾਨਦਾਰਾਂ ਦੀ ਖਾਸ ਤੌਰ 'ਤੇ ਕਿ ਜਿਹੜੇ ਵੈਟ ਦੇ ਕੇਸ ਚੱਲ ਰਹੇ ਹੈ 15-16 ਦੇ 16-17 ਦੇ 14-15 ਦੇ ਉਹ 48,000 ਕੇਸ ਪੰਜਾਬ ਦੇ ਵਿੱਚ ਪੈਂਡਿੰਗ ਪਿਆ ਹੈ ਸਾਡੇ ਟੈਕਸੇਸ਼ਨ ਦੇ ਅਧਿਕਾਰੀ ਬੁਲਾਉਂਦੇ ਹੈ ਹਰ ਹਫ਼ਤੇ ਵਪਾਰੀ ਜਾਂਦਾ ਹੈ ਗੱਲਾਂ ਬਾਤਾਂ ਕਰਕੇ ਮੋੜ ਦਿੰਦੇ ਹੈ ਲੇਕਿਨ ਪਰੇਸ਼ਾਨ ਹੋ ਰਿਹਾ ਇਸ ਲਈ 40,000 ਵੈਟ ਦੇ ਕੇਸ ਅੱਜ ਅਸੀਂ ਮੂਲ ਤੋਂ ਹੀ ਖਤਮ ਕਰਨ ਦਾ ਫੈਸਲਾ ਲੈ ਲਿਆ ਕਿਸੇ ਖਤਮ ਕਰਨ ਨਾ ਕੁਛ ਦੇਣਾ ਨਾ ਕੁਛ ਲੈਣਾ ਨਾ ਤੁਹਾਨੂੰ ਬੁਲਾਉਣਾ ਤੁਹਾਡੇ 40,000 ਕੇਸਾਂ ਪਰ ਅਸੀਂ ਲਾਈਨ ਮਾਰਤੀ ਅੱਜ ਕੋਈ ਪੈਸਾ ਨਹੀਂ ਲੈਣਾ ਨਾ ਤੁਹਾਡੇ ਨਾਲ ਕੋਈ ਗੱਲ ਕਰਨੀ 8,000 ਕੇਸ ਐਸੇ ਹੈ ਜਿਨ੍ਹਾਂ 'ਚ ਰਕਮ ਜ਼ਿਆਦਾ ਇਨਵੋਲਵ ਹੈ ਉਹਦੇ ਵਿੱਚ ਵੀ ਅਸੀਂ ਇਹ ਫੈਸਲਾ ਕਰਤਾ ਕਿ ਤੁਸੀਂ 100% ਛੱਡੋ 50% ਛੱਡੋ 30% ਪੈਸੇ ਸਾਨੂੰ ਜਮ੍ਹਾਂ ਕਰਾ ਦਿਓ ਅਸੀਂ ਕੇਸ ਖਤਮ ਕਰਦੇ ਔਰ 30% ਵੀ ਜਿਹੜਾ 30% ਤੁਸੀਂ ਦੇਣਾ 30% ਦਾ ਵੀ ਸਾਨੂੰ 20% ਇਸ ਸਾਲ ਦੇ ਦਿਓ 80% ਅਗਲੇ ਸਾਲ ਦੇ ਦਿਓ ਉਹ ਵੀ ਅਸੀਂ ਕਰਤਾ ਖਤਮ ਕਹਾਣੀ 48,000 ਕੇਸ ਖਤਮ ਕਿਸੇ ਨੇ ਕੋਈ ਮੇਰਾ ਇੰਸਪੈਕਟਰ ਕੋਈ ਤੁਹਾਨੂੰ ETO ਕੋਈ ਕਮਿਸ਼ਨਰ ਦਫ਼ਤਰ ਵਿੱਚ ਨਹੀਂ ਬੁਲਾਏਗਾ ਇੱਕ ਅਗਲਾ ਫੈਸਲਾ ਅਸੀਂ ਇਹ ਵੀ ਲੈ ਲਿਆ ਕਿ ਕੋਈ ਕੇਸ ਹੈ ਕੋਈ ਪੇਸ਼ੀ ਹੈ ਫੇਸਲੈਸ ਤੁਹਾਨੂੰ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਹੈ ਤੁਸੀਂ ਅਪਲਾਈ ਕਰ ਦਿਓ ਫੈਸਲਾ ਹੋ ਕੇ ਤੁਹਾਨੂੰ ਆ ਜਾਏਗਾ ਜੇ ਲੋੜ ਹੈ ਇੰਸਪੈਕਟਰ ਜੇ ਇਹ ਵੀ ਨਹੀਂ ਪਤਾ ਹੋਏਗਾ ਕਿ ਕਿਹਦੇ ਨਾਲ ਗੱਲ ਕਰ ਰਿਹਾ ਅਤੇ ਕਿਹੜਾ ਇੰਸਪੈਕਟਰ ਹੈ
ਤਾਂ ਕਿ ਇੰਸਪੈਕਟਰ ਦੀ ਕੋਈ ਤੰਗੀ ਤੰਗ ਨਾ ਕਰੇ, ਕਿਸੇ ਤਰ੍ਹਾਂ ਦੀ ਕਰਪਸ਼ਨ ਨਾ ਰਹੇ, ਕਰਪਸ਼ਨ ਰਹਿਤ ਹੋਵੇ, ਉਹਦੇ ਵਾਸਤੇ ਟੈਲੀਫੋਨ 'ਤੇ ਹੀ ਗੱਲ ਹੋਏਗੀ। ਇਹ ਵੀ ਨਹੀਂ ਇੰਸਪੈਕਟਰ ਨੂੰ ਪਤਾ ਹੋਏਗਾ ਕਿ ਮੈਂ ਕਿਹਦੇ ਨਾਲ ਗੱਲ ਕਰ ਰਿਹਾ, ਇੱਕ ਦੂਜੇ ਜ਼ਿਲ੍ਹਿਆਂ 'ਚ ਕੰਮ ਜਾਏਗਾ। ਫੇਸਲੈਸ ਸਿਸਟਮ ਅਸੀਂ ਤੁਹਾਨੂੰ ਦੇ ਰਹੇ ਹਾਂ। ਇੱਕ ਬੜੀ ਭਾਰੀ ਡਿਮਾਂਡ ਹੈ, ਖਾਸ ਤੌਰ 'ਤੇ ਮੀਡੀਅਮ ਸਕੇਲ ਇੰਡਸਟਰੀ ਦੀ। ਇਹਨਾਂ ਦੇ ਬਿਜਲੀ ਦੇ ਬਿੱਲ ਬੜੇ ਆਉਂਦੇ, ਇਹਨਾਂ ਦੀ ਡਿਮਾਂਡ ਹੈ ਕਿ ਸਾਡੇ ਫਿਕਸ ਚਾਰਜਿਸ ਖਤਮ ਕਰ ਦਿਓ। ਅਸੀਂ ਅੱਜ ਫੈਸਲਾ ਲੈ ਲਿਆ ਕਿ ਤੁਹਾਡੇ 50% ਫਿਕਸ ਚਾਰਜਿਸ ਬੰਦ। ਇਹ ਵੀ ਬੜੀ ਦੇਰ ਤੋਂ ਡਿਮਾਂਡ ਚੱਲ ਰਹੀ ਸੀ, ਇਹ ਵੀ ਅਸੀਂ ਅੱਜ ਫੈਸਲਾ ਲੈ ਲਿਆ। ਇੱਕ ਸਾਰੇ ਸਰਦਾਰ ਸਾਹਿਬ ਨੇ ਵੀ ਕਿਹਾ, ਹੋਰ ਸਾਰਿਆਂ ਨੇ ਕਿਹਾ, ਇੱਕ ਬੜਾ ਤੁਹਾਡੇ ਪਰ 11 ਦਾ ਪੰਗਾ ਚੱਲੇ ਆ ਰਿਹਾ, ਉਹ ਹੈ ਇੰਸਟੀਟਿਊਸ਼ਨਲ ਟੈਕਸ, ਇਹ ਵੀ ਤੁਸੀਂ ਖਤਮ ਕਰਾਉਣਾ ਚਾਹੁੰਦੇ। ਲਓ ਮੈਂ ਤੁਹਾਨੂੰ ਦੱਸਦਾ ਕਿ ਸਾਡੀ ਕੈਬਨਿਟ ਨੇ ਅੱਜ ਵਿਸ਼ਾਲ ਦਿੱਲੀ ਦੇ ਨਾਲ ਇਹਨੂੰ 11 'ਤੇ ਲੈ ਕੇ ਅੱਜ ਤੱਕ ਸਾਰੇ ਪਰ ਲੀਕ ਮਾਰਤੀ, ਖਤਮ ਗੱਲ, ਅੱਗੇ ਨੂੰ ਵੀ ਖਤਮ। ਅਸੀਂ ਚਾਹੁੰਦੇ ਇੰਡਸਟਰੀ ਕਾਮਯਾਬ ਹੋਵੇ, ਵਪਾਰੀ ਕਾਮਯਾਬ ਹੋਵੇ, ਦੁਕਾਨਦਾਰ ਕਾਮਯਾਬ ਹੋਵੇ। ਸਾਡੀ ਇਹ ਸੋਚ ਹੈ, ਜੋ ਤੁਹਾਡੀਆਂ ਡਿਮਾਂਡਾਂ ਅਸੀਂ ਸਾਰੀਆਂ ਹੀ ਮੰਨ ਰਹੇ। ਤੁਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਕੰਮ ਕਰੋ, ਅਤੇ ਨਾਲ ਨਾਲ ਅਸੀਂ ਲੈ ਕੇ ਆ ਰਹੇ ਹਾਂ ਵਨ ਟਾਈਮ ਸੈਟਲਮੈਂਟ ਸਕੀਮ, PSIDC, PFC, PAIC ਦੇ ਜਿੰਨੇ ਵੀ ਕੇਸ ਹੈ ਉਹਨਾਂ ਦੀ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਵਾਂਗੇ। ਅਤੇ ਇੱਕ ਮੋਬਾਈਲ ਸਕੁਐਡ ਹੈ ਸਾਡੇ ਪੰਜਾਬ ਸਰਕਾਰ ਦੇ ਬਣਾਏ ਹੋਏ, 14 ਹੈ। ਉਹਨਾਂ ਤੋਂ ਵਪਾਰੀ ਬੜਾ ਤੰਗ ਹੈ ਕਿ ਟਰੱਕ ਹੇਠਦੇ ਸਾਈਡ ਨੂੰ ਲਵਾ ਲੈਂਦੇ। ਇਹ ਠੀਕ ਹੈ ਕਿ ਕਿਸੇ ਵੀ ਵਪਾਰ ਦੇ ਵਿੱਚ, ਕਿਸੇ ਵੀ ਕੰਮ ਦੇ ਵਿੱਚ, ਕਿਸੇ ਵੀ ਧਰਮ ਦੇ ਵਿੱਚ ਨਾ ਸਾਰੇ ਚੰਗੇ ਹੁੰਦੇ ਨਾ ਸਾਰੇ ਮਾੜੇ ਹੁੰਦੇ, ਲੇਕਿਨ ਸਾਰਿਆਂ ਨੂੰ ਚੋਰੇ ਸਮਝ ਜਾਣਾ ਵੀ ਠੀਕ ਨਹੀਂ। ਇਸ ਕਰਕੇ 14 ਸਾਡੇ ਪਾਸ ਮੋਬਾਈਲ ਦੇ ਹੈਗੇ ਹੈ, ਉਹਨਾਂ ਨੂੰ ਅਸੀਂ ਮੋਬਾਈਲ ਸਕੁਐਡਸ ਨੂੰ 14 ਦੀ ਜਗ੍ਹਾ 4 ਕਰ ਰਹੇ ਹਾਂ, ਅੱਜ ਕੱਟ ਕੇ 4 ਰਹਿਣਗੇ। ਸੋ ਇਹ ਅਸੀਂ ਅੱਜ ਫੈਸਲੇ ਲਏ ਹੈ। ਇਸ ਤੋਂ ਇਲਾਵਾ ਲੁਧਿਆਣਾ ਦਾ ਐਗਜੀਬਿਸ਼ਨ ਸੈਂਟਰ ਹੈ ਜਿਹੜਾ, ਉਹਨੂੰ ਅਸੀਂ 15 ਨਵੰਬਰ ਤੱਕ ਸ਼ੁਰੂ ਕਰ ਦਾਂਗੇ, ਇਨੈਗੋਰੇਟ ਹੋ ਜਾਏਗਾ, ਉਹਦੀ ਪੂਰੀ ਤਿਆਰੀ ਕਰ ਦਾਂਗੇ। ਅਤੇ ਹਲਵਾਰਾ ਏਅਰਪੋਰਟ, ਇਹਦਾ 15 ਨਵੰਬਰ ਤੱਕ ਮੈਂ ਨੀਂਹ ਪੱਥਰ ਰੱਖ ਦਾਂਗਾ, 8 ਮਹੀਨੇ ਦੇ ਵਿੱਚ ਇੰਸ਼ੋਰ ਕਰ ਦਾਂਗੇ ਕਿ ਕੰਪਲੀਟ ਹੋ ਜਾਏ। ਇੱਕ ਮੱਖੂ ਰੇਲਵੇ ਲਾਈਨ ਹੈ, ਉਹਦਾ ਕੰਮ ਜੇ ਕੰਪਲੀਟ ਹੋ ਜਾਏ, ਸਰਕਾਰ ਕੇਂਦਰ ਸਰਕਾਰ ਨੂੰ ਪੈਸੇ ਜਮ੍ਹਾਂ ਕਰਾ ਦੇ, ਜ਼ਮੀਨ ਦੇ ਖਰੀਦ ਕੇ ਦੇ, ਤਾਂ ਪੂਰੇ ਦੇਸ਼ ਦੇ ਨਾਲ ਕਨੈਕਟੀਵਿਟੀ ਬਹੁਤ ਅੱਛੀ ਹੋ ਜਾਣੀ ਹੈ। ਉਹਦੇ ਵਾਸਤੇ ਅਸੀਂ ਜ਼ਮੀਨ ਖਰੀਦ ਕੇ ਇਸ ਆਉਣ ਵਾਲੇ ਬਜਟ ਤੋਂ ਪਹਿਲਾਂ ਰੇਲਵੇ ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਦੇ ਦਾਂਗੇ, ਤਾਂ ਕਿ ਉਹ ਰੇਲਵੇ ਲਾਈਨ ਬਣਨੀ ਸ਼ੁਰੂ ਹੋ ਜਾਏ। ਸੋ ਇੱਕ ਅਸੀਂ ਅੰਮ੍ਰਿਤਸਰ ਦੇ ਇੰਡਸਟਰੀਜ਼ ਦੀ ਡਿਮਾਂਡ ਹੈ ਐਗਜੀਬਿਸ਼ਨ ਸੈਂਟਰ ਦੀ, ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਐਗਜੀਬਿਸ਼ਨ ਸੈਂਟਰ ਬਣਾਵਾਂਗੇ, ਇਸ ਚੀਜ਼ ਦਾ ਮੈਂ ਐਲਾਨ ਕਰ ਰਿਹਾ। ਅਤੇ ਨਾਲ ਨਾਲ ਅਸੀਂ ਚੰਡੀਗੜ੍ਹ ਦੇ ਨਾਲ ਇੱਕ ਫਿਲਮ ਸਿਟੀ ਬਣਾਵਾਂਗੇ, ਜਿਹਦੀ ਕਿ ਪੰਜਾਬ ਨੂੰ ਬੜੀ ਲੋੜ ਹੈ। ਪੰਜਾਬ ਦਾ ਮਿਊਜ਼ਿਕ, ਪੰਜਾਬ ਦੀ ਫਿਲਮ ਇੰਡਸਟਰੀ ਅੱਜ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ। ਕੋਈ ਗਾਣਾ ਐਸਾ ਨਹੀਂ ਹੈ, ਕੋਈ ਫਿਲਮ ਐਸੀ ਨਹੀਂ ਹੈ, ਕੋਈ ਵਿਆਹ ਐਸਾ ਨਹੀਂ ਹੈ, ਚਾਹੇ ਕਿਤੇ ਹੋ ਰਿਹਾ, ਪੰਜਾਬੀ ਮਿਊਜ਼ਿਕ 'ਤੇ ਨੱਚੇ ਬਿਨਾਂ ਲੋਕ ਰਹਿੰਦੇ ਨਹੀਂ ਹੈ, ਪੰਜਾਬੀ ਮਿਊਜ਼ਿਕ ਦੇ ਬਿਨਾਂ ਫਿਲਮਾਂ ਨਹੀਂ ਚੱਲਦੀਆਂ। ਸੋ ਪੰਜਾਬੀ ਮਿਊਜ਼ਿਕ ਨੂੰ ਤਕੜਾ ਕਰਨ ਵਾਸਤੇ, ਅਸੀਂ ਇੰਡਸਟਰੀ ਨੂੰ ਤਕੜਾ ਕਰਨ ਵਾਸਤੇ ਫਿਲਮ ਦੀ ਨੂੰ ਅਸੀਂ ਚੰਡੀਗੜ੍ਹ ਦੇ ਨਾਲ ਇੱਕ ਵੱਡਾ ਫਿਲਮ ਸਿਟੀ ਲੈ ਕੇ ਆ ਰਹੇ ਹਾਂ, ਜਿਹਦੀ ਤਿਆਰੀ ਅਸੀਂ ਸ਼ੁਰੂ ਕਰਤੀ ਹੈ, ਬੜੀ ਛੇਤੀ ਅਸੀਂ ਕਰਾਂਗੇ। ਸੋ
एक इंडस्ट्रियल फोकल पॉइंट का बुनियादी ढांचा काफ़ी खराब है। उसके लिए 150 करोड़ के एस्टीमेट हैं। इंडस्ट्री ने डिमांड रखी सी कि इन्हों पूरा करो। ऐसी मैं FM साहब का धन्यवादी हाँ, कैबिनेट का धन्यवादी हाँ कि अज 150 करोड़ रुपया ऐसी रिलीज कर रहे हैं। जिन्हें फोकल पॉइंट थोड़ी इंफ्रास्ट्रक्चर है इन्हों का वह सारा ठीक कर देंगे। एक इंडस्ट्री की डिमांड सी कि जी जे असी कि इंडस्ट्री लगाते हैं रास्ता छोटा होंगे तो ऐसी किस्ते ते बड़ा करिए सिरे दे सिरे तक रास्ता 6 करम का रास्ता मंगती है साड़ी डिपार्टमेंट। वो ऐसी 4 कदम के रास्ते आम तौर पर पंजाब है 4 कदम करता है जिथे तुसी इंडस्ट्री लगाओगे थानू अपने मूहरे जिनी थोड़ी इंडस्ट्री है उन्नी जगह 50 फुट छड़नी पेगी मूहरे फ्रंट अपना थोड़े सौक वास्ते 25 फुट सेंटर चो घट्टो घट बाकी दा रास्ता जिमें जिमें इंडस्ट्री लगेगी उमें उमें रास्ता चौड़ा हो जाएगा। सो ये भी थोड़ी डिमांड ऐसी मांग ली है। तो मैं सब तो बड़ी थोड़ी डिमांड फिक्स चार्जेस सी वह भी 50% करते हैं। थोड़ा आज मैं अपने अफसर का खास तौर पर धन्यवाद करदा है कि बहुत अच्छा प्रोग्राम अज इत्थे उलीकिया गया है पंजाब की तरक्की वास्ते। थोड़े विच असी अपनी तरक्की देख रहे हैं पंजाब की, इसलिए अज का जिहड़ा प्रोग्राम है मैं कहांगा ये पंजाब की तरक्की वास्ते, क्योंकि हर फील्ड दे विच असी अगे वधना है। अज पलाकशाह यूनिवर्सिटी वाले आए सी, असी एजुकेशन सैक्टर दे विच अगे वधना है। हॉस्पिटलों वाले आए हैं, असी अच्छी सेहत बहुत जरूरी है, सिक्ख्या बहुत जरूरी है। इन्हां खेत्रां दे विच साडी सरकार वड्डे पद्धर ते अगे वध रही है, नाल नाल इंडस्ट्री जरूरी है। उहदे वास्ते तुहानूं अज बुलाया गया है। तुहाडे आउण लई इस नूं दोनों दिन का जिहड़ा साडा इनवेस्ट पंजाब है उहनूं कामयाब करन लई मैं अपनी टीम का, अपनी कैबिनेट का, फाइनेंस मिनिस्टर साहब का ते तुहाडा सारयां दा मैं एक बार फिर धन्नवाद करदा। इस फंक्शन दियां कामयाबी दियां ते आउण लई आउणे वाले समय लई जो अच्छियां लीहां पै रहीआं पंजाब दी तरक्की वास्ते उहदे वास्ते तुहानूं सारयां नूं पंजाबियां नूं पंजाब नूं बहुत बहुत मुबारकबाद देना। जय हिंद, धन्नवाद।